ਸਰਪ ਕਲਾ ਸਮਰੱਥ ਦੋਲਨ ਤੇ ਰੱਖ ਪ੍ਰਭੂ ਦੇ ਕਰ ਹੱਤ ਜਾਹੀਂ ਕੁਲ ਕੋ ਜਾਹੀਂ ਕੁਲ ਤੇ ਪ੍ਰਗਟ ਹੋਏ ਤਾਂਹੀਂ ਕੁਲ ਕੋ ਨਾਮ ਪੁੰਦਵ ਦਸ ਗੁਰਿੰਦ ਕੋ ਮੇਰੀ ਹੈ ਪਰਨਾ ਗਿਆਨ ਧਿਆਨ ਕਿਛ ਕਰਮ ਨ ਜਾਣਾ ਸਾਰ ਨ ਜਾਣਾ ਤੇਰੀ ਸਭ ਦੇ ਵੱਡਾ ਸਤ ਗੁਰ ਨਾਨਕ ਜਿਨ ਕਲ ਰਾਖੇ ਮੇਰੀ ਫਿਰਤ ਫਿਰਤ ਪ੍ਰਭ ਆਇਆ ਪਰਿਆਤ ਸਰਨਾਇ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾ ਇੱਕ ਦਿਨ ਕਲਗੀ ਤਰ ਥੇਰੇ ਇੱਕ ਦਿਨ ਕਲਗੀ ਦਰ ਤੇਰੇ ਸਿੱਧ ਕੀ ਸਿੱਖ ਤੀਰਾ ਮੋਹਕਮ ਸਿੰਘ ਅਰ ਦਇਆ ਸਿੰਘ ਹਿੰਮਤ ਸਿੰਘ ਤੀਰਾ ਇਤਿਆਦਿਕ ਕਰ ਜੋਰ ਕਾ ਗਰਾਬ ਖਾਨੀ ਸਤਿ ਪ੍ਰਭ ਹਮੈ ਬਤਾਈਐ ਜਿਸਤੇ ਅਨਜਾਨੀ ਕਿਨ ਕੋ ਨਾਮੁ ਸਹੀਦ ਹੈ ਕਿਆ ਕਿਰਤ ਕਰੰਤੇ ਕਿਸਥਲ ਬਸਾ ਰਹੇ ਕਿਤ ਇਹ ਫਿਰੰਤੇ ਪਰਮ ਸਤਕਾਰਯੋਗ ਸਤਗੁਰਾਂ ਦੀ ਸਾਜੀ ਨਵਾਜੀ ਸਾਧ ਸੰਗਤ ਆਓ ਮਨ ਬ੍ਰਤੀ ਨੂੰ ਇਕਾਗਰ ਕਰੀਏ ਰਸਨਾ ਨੂੰ ਪਵਿੱਤਰ ਕਰਨ ਵਾਸਤੇ ਸਭ ਇੱਕ ਵਾਰ ਗੱਜ ਕੇ ਕਹੋ ਧੰ ਸ੍ਰੀ ਸਤਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਸ਼ਾਂਤੀ ਦੀ ਮੂਰਤ ਬਾਣੇ ਦੇ ਲਖਾਇਕ ਪਿਆਰ ਦੇ ਮਜਸਮੇ ਪੰਜਵੀਂ ਜੋਤ ਠੰਡ ਪਿਆਰ ਸਬਰ ਸੰਤੋਖ ਦਾ ਸਬਕ ਦੇਣ ਵਾਲੇ ਬੜੇ ਹੀ ਪਿਆਰ ਸਤਕਾਰ ਨਾਲ ਉਹਨਾਂ ਦਾ ਨਾਮ ਲਈਏ ਸਭ ਇੱਕ ਵਾਰ ਗੱਜ ਕੇ ਕਹੋ ਧੰ ਸ੍ਰੀ ਸਤਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਗੁਰਮਖੋ ਆਪ ਜੀ ਕਥਾ ਸਰਵਨ ਕਰਦੇ ਪਏ ਉਹ ਕਲਗੀਧਰ ਪਾਤਸ਼ਾਹ ਦੇ ਜੀਵਨ ਦੀ ਜਿਹੜਾ ਸਤਗੁਰਾਂ ਦਾ ਜੀਵਨ ਹੁੰਦਾ ਨਾ ਜਿਵੇਂ ਤੁਸੀਂ ਪੜ੍ਹਦੇ ਜੇ ਰਮਾਇਣ ਤੇ ਰਮਾਇਣ ਦੇ ਆਰੰਭ ਵਿੱਚ ਜਿਹੜੀ ਤੁਲਸੀ ਜੀ ਨੇ ਰਮਾਇਣ ਲਿਖੀ ਹੈ ਉਹਦਾ ਨਾਮ ਰੱਖਿਆ ਗਿਆ RAM ਚਰਿਤ ਮਨਸ ਮਨਸ ਰੂਪ ਧਾਰ ਕੇ ਜਿਹੜੇ RAM ਨੇ ਚਰਿਤ੍ਰ ਕੀਤੇ ਮਨੁੱਖ ਰੂਪ ਧਾਰ ਕੇ ਜੋ ਭਗਵਾਨ ਰਾਮ ਨੇ ਕੌਤਕ ਕੀਤੇ ਉਹ ਇਸ ਗ੍ਰੰਥ ਵਿੱਚ ਲਿਖੇ ਆ ਇਸੇ ਤਰ੍ਹਾਂ ਹੀ ਸੂਰਜ ਪ੍ਰਕਾਸ਼ ਆ ਗੁਰੂਆਂ ਦਾ ਜੀਵਨ ਬੜਾ ਉੱਚਾ ਸੁੱਚਾ ਹੁੰਦਾ ਹੈ ਸਿੱਖਿਆਦਾਇਕ ਹੁੰਦਾ ਹੈ ਗਿਆਨ ਭਰਪੂਰ ਹੁੰਦਾ ਹੈ ਇੱਕ ਸਿੱਖ ਨੂੰ ਆਪਣੇ ਗੁਰੂ ਦੇ ਜੀਵਨ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਆ ਦਿਨ ਗੁਰੂ ਅਰਜਨ ਦੇਵ ਦੀ ਸ਼ਹੀਦੀ ਦੇ ਦੇਣਿਆ ਮੈਨੂੰ ਲੱਗਦਾ ਵੀ ਅੱਜ ਕੱਲh ਅਜੇ ਇੰਨੀ ਗਰਮੀ ਨਹੀਂ ਪੈਂਦੀ ਮੌਸਮ ਬਦਲ ਗਏ ਕਦੀ ਸਮਾਂ ਹੁੰਦਾ ਸੀ ਬਜ਼ੁਰਗ ਦੱਸਦੇ ਨੇ ਕਿ ਵਾਢੀਆਂ ਪੈਂਦੀਆਂ ਸੀ ਦਿਨਾਂ ਵੱਲ ਵੇਖ ਕੇ ਮਹੀਨਿਆਂ ਵੱਲ ਵੇਖ ਕੇ ਪੀ ਐਨੇ ਇੱਕ ਦਿਨਾਂ ਨੂੰ ਵਾਢੀ ਕਣਕ ਦੀ ਹੋ ਜਾਏਗੀ ਐਨੇ ਇੱਕ ਦਿਨਾਂ ਨੂੰ ਫਲੇ ਚਲਾਉਣੇ ਸ਼ੁਰੂ ਕਰ ਦੇਣਗੇ ਮਹੀਨੇ ਦੇ ਅੱਧਕ ਵਿੱਚ ਆਣ ਕੇ ਤੂੜੀ ਤੇ ਦਾਣੇ ਵਸਾ ਕੇ ਵੱਖਰੇ ਕਰ ਲਾਂਗੇ ਤੇ ਪੱਕੀ ਤਰੀਕ ਹੁੰਦੀ ਸੀ ਪੀ ਐਸ ਤਰੀਕ ਨੂੰ ਐਸ ਦਿਨ ਨੂੰ ਮੀਂਹ ਪਵੇਗਾ ਉਦੋਂ ਹੀ ਪੈਂਦਾ ਸੀ ਇਹ ਕੁਦਰਤ ਦਾ ਨਿਜਾਮ ਸੀ ਅੱਜ ਕੱਲ੍ਹ ਵਾਂਗੂ ਨਹੀਂ ਹੈ ਜਿਵੇਂ ਜਿਵੇਂ ਬੰਦੇ ਨੇ ਮਰਜ਼ਾਦਾ ਬਦਲੀ ਜਿਵੇਂ ਜਿਵੇਂ ਇਨਸਾਨ ਨੇ ਆਪਣਾ ਢੰਗ ਤਰੀਕਾ ਬਦਲਿਆ ਖਾਣ ਪੀਣ ਦਾ ਰਹਿਣ ਸਹਿਣ ਦਾ ਸਹੂਲਤਾਂ ਆਈਆਂ ਮੌਸਮ ਬਦਲ ਗਏ ਰੁੱਤਾਂ ਬਦਲ ਗਈਆਂ ਪରିਵਰਤਨ ਹੋ ਗਿਆ ਪ੍ਰਦੂਸ਼ਣ ਵੱਧ ਗਿਆ ਕੋਈ ਨਿਜਾਮ ਨਾ ਰਹਿ ਗਿਆ ਉਦਾਂ ਧਾਰਕ ਚੀਜ਼ ਧਰਮ ਦੇ ਵਿੱਚ ਐ ਜਿਵੇਂ ਸੂਰਜ ਐ ਚੰ드ਰਮਾ ਵਾਂ ਰਾਤ ਆ ਦਿਨਾਂ ਗਰਮੀਆਂ ਸਰਦੀ ਐ ਪਤ ਝੜਿਆ ਬਸੰਤ ਐ ਇਸੇ ਤਰ੍ਹਾਂ ਗੁਰਮਖੋ ਧਰਮ ਅਧਰਮ ਚੰਗੇ ਮਾੜੇ ਵਧੀਆ ਪਿਹੜੇ ਛੋਟੇ ਵੱਡੇ ਇਹ ਸ਼ੁਰੂ ਤੋਂ ਹੀ ਚੱਲਿਆ ਆ ਰਿਹਾ ਕੁਦਰਤ ਦਾ ਨਿਜਾਮ ਜੇ ਦੁਨੀਆ ਤੇ ਚੰਗੇ ਬੰਦੇ ਨੇ ਤੇ ਮਾੜੇ ਵੀ ਆ ਗਏ ਇਹ ਕਿਸੇ ਦੇ ਵਸ ਦੀ ਗੱਲ ਨਹੀਂ ਹੁੰਦੀ ਨਾ ਤੁਹਾਡੇ ਤੇ ਨਾ ਮੇਰੇ ਜਿਹੜੇ ਮਨ ਦੇ ਸੁਭਾਅ ਹਨ ਜਿਹੜੀ ਈਰਖਾ ਆਉਣੀ ਆ ਇਹ ਸਾਡੇ ਵੱਸ ਦੀ ਗੱਲ ਨਹੀਂ ਜਿਹੜਾ ਪਿਆਰ ਆਉਣਾ ਪਰ ਉਹ ਪਕਾਰ ਆਉਣਾ ਇਹ ਸਾਡੇ ਵੱਸ ਦੀ ਗੱਲ ਨਹੀਂ ਇਹ ਜਨਮਾਂ ਜਨਮਾਂ ਦੇ ਗੁਰਮਖੋ ਸੰਸਕਾਰ ਆ ਜਨਮਾਂ ਜਨਮਾਂ ਦੇ ਕਿਸੇ ਦਾ ਸੁਭਾਅ ਜਨਮ ਤੋਂ ਹੀ ਨਰਮ ਪਰ ਉਪਕਾਰੀ ਹੈ ਕੋਈ ਕਰੂਰ ਹੈ ਕੋਈ ਅਤਿਆਚਾਰੀ ਹੈ ਕੋਈ ਸ਼ਾਂਤੀ ਦੇ ਨਾਲ ਭਰਿਆ ਕੋਈ ਤਪਦਾ ਰਹਿੰਦਾ ਇਹ ਨੇਚਰਲ ਹੈ ਇਹ ਸੁਭਾਅ ਆ ਇਹ ਕੁਦਰਤੀ ਆ ਕੱਲੇ ਬੰਦੇ ਦੇ ਵਿੱਚ ਨਹੀਂ ਪਸ਼ੂਆਂ ਪੰਛੀਆਂ ਦੇ ਵਿੱਚ ਵੀ ਕਈ ਪਸ਼ੂ ਪੰਛੀ ਮੱਝਾਂ ਗਾਵਾਂ ਵੀ ਬੜੀਆਂ ਸੁਸ਼ੀਲ ਨੇ ਕਈ ਇੱਕ ਦੂਜੇ ਨੂੰ ਮਾਰਦੇ ਨੇ ਲੜਦੇ ਨੇ ਭੜਦੇ ਨੇ ਗੁਰੂ ਹਮੇਸ਼ਾ ਸ਼ਾਂਤੀ ਦੀ ਮੂਰਤ ਬਣ ਕੇ ਆਉਂਦੇ ਆ। ਗੁਰੂ ਅਰਜਨ ਦੇਵ ਦੀ ਸ਼ਹੀਦੀ ਦੇ ਬੜੇ ਗੁਰਮਖੋ ਕਰਨ ਵਿਦਵਾਨ ਸੱਜਣ ਕੱਢਦੇ ਆ ਤੇ ਵੱਡੀ ਜੀ ਗੱਲ ਇਹ ਹੈ ਵੀ ਇੱਕ ਬੰਨੇ ਪਾਪ ਸੀ, ਇੱਕ ਬੰਨੇ ਧਰਮ ਸੀ। ਇੱਕ ਬੰਨੇ ਸੱਚ ਸੀ, ਇੱਕ ਬੰਨੇ ਝੂਠ ਸੀ। ਇੱਕ ਬੰਨੇ ਰਾਜੇ ਦਾ ਵਜ਼ੀਰ ਸੀ, ਇੱਕ ਬੰਨੇ ਫਕੀਰਾਂ ਦੀ ਗੱਦੀ ਸੀ, ਫਕੀਰ ਸੀ। ਹੁਣ ਜਿਹੜੇ ਬੰਦੇ ਕੋਲ ਤਾਕਤ ਹੋਵੇ ਤੁਸੀਂ ਹਿਸਾਬ ਲਾਓ ਜਿਹੜੇ ਬੰਦੇ ਦੇ ਕੋਲ ਪਾਵਰ ਹੋਵੇ ਰਾਜੇ ਦਾ ਵਜ਼ੀਰ ਹੋਵੇ ਉਹ ਕੀ ਨਹੀਂ ਕਰ ਸਕਦਾ ਬੰਦੇ ਦੀ ਤੇ ਸਰਪੰਚ ਨਾਲ ਗੱਲਬਾਤ ਹੋਵੇ ਤੇ ਉਹ ਪਿੰਡ 'ਚ ਕਿਸੇ ਨੂੰ ਕੁਝ ਨਹੀਂ ਸਮਝਦਾ ਕੋਈ ਐਮਐਲਏ ਦਾ ਪੀਏ ਹੋਵੇ ਤੇ ਉਹ ਨਹੀਂ ਕਿਸੇ ਦੀ ਗੱਲ ਸੁਣਦਾ ਉਹ ਬਾਦਸ਼ਾਹ ਦਾ ਵਜ਼ੀਰ ਸੀ ਚੰਦੂ ਜਦੋਂ ਰਿਸ਼ਤਾ ਕਾਰੇ ਆਏ ਲੱਗੀ ਗੁਰੂ ਅਰਜਨ ਦੇਵ ਦੇ بیٹے ਗੁਰੂ ਹਰਗੋਬਿੰਦ ਸਾਹਿਬ ਨੂੰ ਰਿਸ਼ਤਾ ਹੋ ਗਿਆ ਕਿਉਂਕਿ ਅੱਜ ਕੱਲ੍ਹ ਵਾਂਗੂ ਨਹੀਂ ਸੀ ਕਿ ਕੁੜੀ ਮੁੰਡਾ ਇੱਕ ਦੂਜੇ ਨੂੰ ਵੇਖ ਕੇ ਪਸੰਦ ਕਰ ਦੇ ਵੇਖ ਕੇ ਗੱਲਬਾਤ ਕਰਕੇ ਪਸੰਦ ਕਰ ਦੇ ਬਾਅਦ ਵਿੱਚ ਭਾਵੇਂ ਲੜਾਈਆਂ ਹੋਣ ਤਲਾਕਾਂ ਤੱਕ ਗੱਲ ਪਹੁੰਚ ਜਾਏ ਪਰ ਪਹਿਲਾਂ ਵੇਖ ਕੇ ਕਿਉਂਕਿ ਸੁਭਾਅ ਦੇ ਨਾਲ ਹੀ ਜ਼ਿੰਦਗੀ ਨਿਭਣੀ ਹੁੰਦੀ ਹੈ ਤੇ ਬਾਹਰੋਂ ਵੇਖਿਆ ਤੇ ਸੁਭਾ ਦਾ ਪਤਾ ਨਹੀਂ ਲੱਗਦਾ ਪਹਿਲਾ ਜਮਾਨੇ ਹੋਰ ਸਨ ਚੰਦੂ ਦੇ ਲਾਗੀ ਗਏ 나ਈ ਗਏ ਉਹਨਾਂ ਨੇ ਵੇਖਿਆ ਵੀ ਕੁੜੀ ਦਾ ਰਿਸ਼ਤਾ ਗੁਰੂ ਅਰਜਨ ਦੇਵ ਮਹਾਰਾਜ ਦੀ ਗੁਰਗੱਦੀ ਹੈ ਬੱਚਾ ਬੜਾ ਜਵਾਨ ਹੈ ਸੁੰਦਰ ਹੈ ਸੋਹਣਾ ਆ ਉਹਨਾਂ ਨੇ ਗੁੜ ਦੀ ਰੋੜੀ ਦਿੱਤੀ ਪੈਸੇ ਦਿੱਤੇ ਰਿਸ਼ਤਾ ਪੱਕਾ ਕਰ ਦਿੱਤਾ ਚੰਦੂ ਨੂੰ ਕਹਿੰਦੇ ਜੀ ਵਧਾਈਆਂ ਦੋ ਤੁਹਾਡੀ ਕੁੜੀ ਮੰਗ ਦਿੱਤੀ ਐ ਉਹਨੇ ਆਖਿਆ ਕਿੱਥੇ ਮੰਗਾਏ ਜੇ ਕਹਿੰਦੇ ਗੁਰੂ ਨਾਨਕ ਦੇਵ ਦੀ ਗੁਰਗੱਦੀ ਦੇ ਮਾਲਕ ਨੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਉਹਨਾਂ ਦਾ ਇੱਕੋ ਇੱਕ ਬੇਟਾ 7.5 ਫੁੱਟ ਲੰਮਾ ਕੱਦ ਸੀ 7ਵੇਂ ਪਾਤਸ਼ਾਹ ਦਾ 6ਵੇਂ ਪਾਤਸ਼ਾਹ ਦਾ ਮਾਫ ਕਰਨਾ ਗੁਰੂ ਹਰਗੋਬਿੰਦ ਸਾਹਿਬ ਸਵਾ 7 ਫੁੱਟ ਲੰਮਾ ਕੱਦ ਬੜੇ ਜਵਾਨ ਬੜੇ ਸੁੰਦਰ ਸਡੌਲੰਗ ਵੇਖਿਆ ਭੁੱਖ ਲੈਂਦੀ ਸੀ ਉਹਨੇ ਅੱਖਿਆ ਹਰਗੋਬਿੰਦ ਸਾਹਿਬ ਨੂੰ ਮੰਗ ਆਏ ਆ ਤੇ ਚੰਦੂ ਦੇ ਮੱਥੇ ਤੇ ਤਿਉੜੀ ਪੈ ਗਈ ਉਹਨੇ ਅੱਖਿਆ ਓਏ ਮੂਰਖ ਓਏ ਕੀ ਕਰਕੇ ਆਏ ਜੇ ਮੈਂ ਬਾਦਸ਼ਾਹ ਦਾ ਵਜ਼ੀਰ ਮੈਂ ਬਾਦਸ਼ਾਹ ਦੇ ਨਾਲ ਰਹਿਣ ਵਾਲਾ ਬਾਦਸ਼ਾਹ ਮੇਰੀ ਗੱਲ ਸੁਣ ਕੇ ਤੁਰਨ ਵਾਲਾ ਬਾਦਸ਼ਾਹ ਮੇਰੀ ਹਾਂ ਚ ਹਾਂ ਮਲਾਉਣ ਵਾਲਾ ਸਾਰੀ ਸਲਤਨਤ ਦਾ ਮੈਂ ਮਾਲਕ ਮੇਰੇ ਪੁੱਛੇ ਤੋਂ ਬਿਨਾ ਪਤਾ ਨਹੀਂ ਇਹ ਲਦਾ ਇੱਕ ਫਕੀਰ ਦੇ ਬੱਚੇ ਨੂੰ ਮੇਰੀ ਕੁੜੀ ਦਾ ਰਿਸ਼ਤਾ ਕਰਿਆ ਏ ਜੇ ਇਹ ਚਬਾਰੇ ਦੀ ਇੱਟ ਤੁਸੀਂ ਨਾਲੀ ਨੂੰ ਲਾ ਦਿੱਤੀ ਹੈ ਆਟਾਰੀ ਦੀ ਇੱਟ ਤੁਸੀਂ ਮੋਰੀ ਨੂੰ ਲਾ ਦਿੱਤੀ ਏ ਮੈਂ ਕਿੱਥੇ ਚਬਾਰੇ ਦੇ ਰੂਪ ਵਿੱਚ ਤੇ ਕਿੱਥੇ ਅਰਜਨ ਦੇਵ ਇੱਕ ਫਕੀਰ ਮੰਗ ਤੰਗ ਕੇ ਲੋਕਾਂ ਤੋਂ ਰੋਟੀਆਂ ਖਾਣ ਵਾਲੇ ਫਕੀਰ ਬੰਦੇ ਉਹਦੀ ਕੁੜੀ ਨੂੰ ਉਹਦੇ ਮੁੰਡੇ ਨੂੰ ਮੇਰੀ ਕੁੜੀ ਦਾ ਰਿਸ਼ਤਾ ਕਰਤਾ ਜੇ ਜਾਓ ਏ ਬੇਵਕੂਫੋ ਏ ਕੀ ਕੀਤਾ ਕੁਝ ਸੋਚ ਕੇ ਗੱਲ ਕਰਦੇ ਮੇਰੀ ਹیثیت ਦੇ ਮੁਤਾਬਕ ਰਿਸ਼ਤਾ ਕਰਦੇ ਮੇਰੀ ਕੋਈ ਪਦਤੀ ਪਦਵੀ ਵੇਖ ਲੈਂਦੇ ਮੇਰਾ ਕੋਈ ਰਤਬਾ ਬਰਾਬਰਤਾ ਦਾ ਵੇਖ ਲੈਂਦੇ ਕੋਈ ਬਾਦਸ਼ਾਹ ਜ਼ਿਮੀਂਦਾਰ ਜ਼ਗੀਰਦਾਰ ਕੋਈ ਮੁਸਾਹਿਬ ਕੋਈ ਕਿਸੇ ਤਰ੍ਹਾਂ ਦਾ ਅਮੀਰ ਬੰਦਾ ਹੁੰਦਾ ਤੇ ਰਿਸ਼ਤਾ ਮੰਨ ਲੈਂਦਾ ਮੇਰੀ ਕੁੜੀ ਹੁਣ ਲੋਕਾਂ ਦੀਆਂ ਰੋਟੀਆਂ ਮੰਗੀਆਂ ਮੰਗਾਈਆਂ ਖਾਇਆ ਕਰੇਗੀ ਬੜਾ ਗੁੱਸੇ ਹੋਇਆ ਬੜਾ ਲਾਲ ਪੀਲਾ ਹੋਇਆ ਪਰ ਹੁਣ ਕੁੜੀ ਦਾ ਮਾਮਲਾ ਸੀ ਉਹਨੇ ਆਖਿਆ ਜੇ ਹੁਣ ਰਿਸ਼ਤਾ ਵਾਪਸ ਮੈਂ ਕਰਦਾ ਕਿਸੇ ਨੇ ਮੇਰੀ ਕੁੜੀ ਨੂੰ ਵਿਆਹਣਾ ਨਹੀਂਗਾ ਤੇ ਕਿਸ ਲੋਕਾਂ ਨੇ ਅੱਖਣਾ ਵੀ ਇਹਦੀ ਜਿਹੜੀ ਕੁੜੀ ਮੰਗੀ ਹੋਈ ਸੀ ਪਹਿਲਾਂ ਛੁੱਟ ਗਈ ਹੈ ਤੇ ਛੁੱਟੀ ਹੋਈ ਕੁੜੀ ਦਾ ਬੇਟੀ ਦਾ ਕੋਈ ਰਿਸ਼ਤਾ ਨਹੀਂ ਲੈਂਦਾ ਚਲੋ ਜੋ ਹੋ ਗਿਆ ਹੋ ਗਿਆ ਹੁਣ ਤੁਸੀਂ ਰਿਸ਼ਤਾ ਪੱਕਾ ਕਰਦਾਓ ਜਦੋਂ ਉਹ ਚੰਦੂ ਗੱਲਾਂ ਕਹਿ ਰਿਹਾ ਸੀ ਜਦੋਂ ਚੰਦੂ ਅੱਗ ਬਬੋਲਾ ਹੋ ਰਿਹਾ ਸੀ ਜਦੋਂ ਉਹ ਚੰਦੂ ਕੁਫਰ ਤੋਲਦਾ ਪਿਆ ਸੀ ਜਦੋਂ ਚੰਦੂ ਉੱਚੀ ਉੱਚੀ ਬੋਲ ਕੇ ਉਹਨਾਂ ਲਾਗੀਆਂ ਨੂੰ ਗੁੱਸੇ ਹੋ ਰਿਹਾ ਸੀ ਤਾੜਦਾ ਪਿਆ ਸੀ ਬੜਾ ਜ਼ਿਆਦਾ ਦੁਰਕਾਰ ਦਾ ਭਜਾਉਂਦਾ ਦਾਬੇ ਮਾਰਦਾ ਪਿਆ ਸੀ ਇੱਕ ਸਿੱਖ ਵੀ ਉੱਥੇ ਨੌਕਰੀ ਕਰਦਾ ਦੇਖਦਾ ਸੁਣਦਾ ਸੀ ਜਿਹੜਾ ਸ਼ਰਦਾਲੂ ਸੀ ਗੁਰੂ ਅਰਜਨ ਦੇਵ ਦਾ ਉਹਨੇ ਦਿੱਲੀ ਵਿੱਚ ਜਾ ਕੇ ਸਿੱਖਾਂ ਨੂੰ ਆਖਿਆ ਜੋ ਮੈਂ ਅੱਜ ਕੰਨਾ ਨਾਲ ਸੁਣ ਕੇ ਆਇਆ ਮੇਰਾ ਹਿਰਦਾ ਪਟ ਗਿਆ ਮੇਰੇ ਗੁਰੂ ਅਰਜਨ ਦੇਵ ਦੇ ਘਰ ਨੂੰ ਇੱਕ ਨਾਲ ਹੀ ਨਾਲ ਮੋਰੀ ਨਾਲ ਇੱਕ ਗਲੀ ਦੇ ਕੂੜੇ ਦੇ ਨਾਲ ਰੋੜੇ ਨਾਲ ਤੁਲਨਾ ਦਿੱਤੀ ਗਈ ਚੰਦੂ ਆਪ ਚਬਾਰਾ ਬਣਿਆ ਤੇ ਗੁਰੂ ਅਰਜਨ ਦੇਵ ਨੂੰ ਨਾਲੀ ਦੀ ਇੱਟ ਬਣਾਇਆ ਮੇਰਾ ਮਨ ਪਾਟ ਗਿਆ ਮੇਰੇ ਕੋਲੋਂ ਇਹ ਗੱਲਾਂ ਜਰੀਆਂ ਨਹੀਂ ਗਈਆਂ ਗੁਰੂ ਦੇਓ ਸਿੱਖੋ ਮੈਂ ਗਲ ਪੱਲਾ ਪਾ ਕੇ ਕਹਿਨਾ ਮੇਰਾ ਸੁਨਿਆ ਪਚਾਦੋ ਗੁਰੂ ਅਰਜਨ ਦੇਵ ਕੋਲ ਇਸ ਪਾਪੀ ਹੰਕਾਰੀ ਦੀ ਕੁੜੀ ਦਾ ਰਿਸ਼ਤਾ ਨਹੀਂ ਲੈਣਾ ਐਹੋ ਜੇ ਬੰਦੇ ਦੀ ਬੇਟੀ ਕਿੱਦਾਂ ਦੀ ਹੋਏਗੀ ਗੁਰਮਖੋ ਗੱਲ ਯਾਦ ਰੱਖਿਓ ਸਿਆਣੇ ਲੋਕ ਜਦੋਂ ਰਿਸ਼ਤਾ ਕਰਦੇ ਸੀ ਕੁੜੀ ਨਹੀਂ ਸੀ ਵੇਂਦੇ ਉਹਦੀ ਮਾਂ ਵੱਲ ਵੇਖਦੇ ਸੀ ਕਿ ਜੇ ਮਾਂ ਇੱਜ਼ਤ ਕਰਦੀ ਐ ਨਾ ਆਪਣੇ ਘਰ ਵਾਲੇ ਦੀ ਤੇ ਬੇਟੀ ਵੀ ਕਰੇਗੀ ਜਦੋਂ ਲੋਕ ਰਿਸ਼ਤਾ ਕਰਦੇ ਸੀ ਕੁੜੀ ਦੇ ਨਾਨਕੇ ਵੇਖਦੇ ਸੀ ਕਿ ਕੁੜੀ ਦੇ ਨਾਨਕੇ ਕਿੱਦਾਂ ਦੇ ਆ ਕਿਵੇਂ ਖਾਨਦਾਨ ਹੈ ਕੀ ਸਲੀਕਾ ਹੈ ਜੋ ਕੁਝ ਕੁੜੀ ਆਪਣੇ ਮਾਂ ਨੂੰ ਕਰਦਿਆਂ ਵੇਖਦੀ ਹੋਏਗੀ ਜੋ ਕੁਝ ਮਾਂ ਨੂੰ ਵੇਖਦਿਆਂ ਵੇਖਦਿਆਂ ਕੁੜੀ ਵੱਡੀ ਹੋਈ ਹੈ ਜੋ ਕੁਝ ਸ਼ੁਰੂ ਤੋਂ ਨੇ ਕਿਉਂਕਿ ਪਹਿਲੀ ਗੁਰੂ ਮਾਂ ਹੁੰਦੀ ਹੈ ਮਾਂ ਤੋਂ ਵੱਡਾ ਕੋਈ ਗੁਰੂ ਨਹੀਂ ਹੁੰਦਾ ਜੇ ਮਾਂ ਆਪਣੇ ਪਤੀ ਦੀ इज्जत ਕਰਦੀ ਏ ਜੇ ماں ਬਾਹਰੋਂ ਆਏ ਪਤੀ ਨੂੰ ਹੱਥ ਜੋੜ ਕੇ ਪਾਣੀ ਧਾਣੀ ਪੁੱਛਦੀ ਏ ਸਤਕਾਰ ਨਾਲ ਬੁਲਾਉਂਦੀ ਏ ਜੇ ماں ਆਪਣੇ ਪਤੀ ਦੇ ਦੁੱਖ ਸੁੱਖ ਦੀ ਹਾਮੀ ਏ ਜੇ ماں ਸਤਕਾਰ ਦੇ ਨਾਲ ਉਹਦੇ ਨਾਲ ਪੇਸ਼ ਆਉਂਦੀ ਏ ਮਾੜਾ ਚੰਗਾ ਨਹੀਂ ਬੋਲਦੀ ਆਪਣੇ ਪਤੀ ਨੂੰ ਨਹੀਂ ਵੱਡ ਖਾਣ ਨੂੰ ਪੈਂਦੀ ਦਸਮ ਗ੍ਰੰਥ ਦਾ ਇੱਕ ਬਚਨ ਹੈ ਬੜਾ ਪਿਆਰਾ ਬਚਨ ਮੈਨੂੰ ਯਾਦ ਆਇਆ ਉਹ ਕਹਿੰਦੇ ਪਾਣੀ ਕੇ ਮੰਗਤ ਪੱਥਰ ਮਾਰਤ ਨਾਰ ਕਿਦੋਂ ਕਰ ਨਾ ਹਰਿਆਣੀ ਜੇ ਕਿਤੇ ਪਾਣੀ ਮੰਗ ਲਾਂ ਤੇ ਪੱਥਰਾਂ ਮਾਰ ਦਈਏ ਅੰਨਾ ਹੋਇਆ ਉਹ ਘੜਾ ਪਿਆ ਨੁਕਰ ਵਿੱਚ ਤੇ ਤੇਰ ਕੋ ਪੀਤਾ ਨਹੀਂ ਜਾਂਦਾ ਤੇਰੇ ਨਿਆਣਿਆਂ ਦੇ ਸਿਰ ਵਾਵਾ ਕਿ ਤੈਨੂੰ ਭਰ-ਭਰ ਪਾਣੀ ਪਿਆਵਾ ਜਾਂ ਡੱਫਲਾ ਪਾਣੀ ਆ ਉਹ ਪਿਆਈ ਕਹਿੰਦੇ ਪਾਣੀ ਮੰਗਿਆ ਵੀ ਅੱਗੋਂ ਐਦਾਂ ਬੋਲਦੀ ਏ ਜਨਾਨੀ ਕਾਦੀ ਘਰੇ ਸ਼ੇਰਨੀ ਬਨ ਲਈ ਨਾ ਦਿਨੇ ਚੈਨ ਨਾ ਰਾਤ ਆਰਾਮ ਜਿਹੜੀਔਰਤ ਆਪਣੇ ਪਤੀ ਦਾ ਸਤਕਾਰ ਨਹੀਂ ਕਰਦੀ ਇhtਰਾਮ ਨਹੀਂ ਕਰਦੀ ਇੱਜ਼ਤ ਨਹੀਂ ਕਰਦੀ ਉਹਦੀ ਬੇਟੀ ਵੀ ਨਹੀਂ ਕਰੇਗੀ ਇਹ ਪੱਕੀ ਗੱਲ ਹੈ ਮਾਤੋਂ ਨੇ ਸਿੱਖਣਾ ਹੀ ਸਾਰਾ ਕੁਝ ਤੇ ਮਾਂ ਦਾ ਫਰਜ਼ ਹੈ ਆਪਣੀ ਬੇਟੀ ਨੂੰ ਚੰਗੀ ਤਰਬੀਅਤ ਦੇਣੀ ਤੇ ਮੈਨੂੰ ਮaaf ਕਰਦੇ ਹੋ ਮੈਂ ਇਹ ਗੱਲ ਕਹਿਣ ਲੱਗਾ ਕੁੜੀ ਨੂੰ ਵਸਾਉਣ ਵਿੱਚ ਵੀ ਮਾਂ ਦਾ ਹੱਥ ਹੁੰਦਾ ਹੈ ਤੇ ਕੁੜੀ ਦਾ ਘਰ ਉਜਾੜਨ ਵਿੱਚ ਵੀ ਮਾਂ ਦਾ ਹੱਥ ਹੁੰਦਾ ਹੈ ਜਿਹੜੀਆਂ ਲੜਕੀਆਂ ਖੜਾ ਨਹੀਂ ਨਾ ਛੱਡਦੀਆਂ ਪੇਕਿਆਂ ਦਾ ਦਿਨ ਰਾਤ ਫੋਨ ਦਿਨ ਰਾਤ ਲੱਗੀਆਂ ਰਹਿੰਦੀਆਂ ਤੇ ਮਾਵਾਂ ਦੀ ਸਿੱਖਿਆ ਤੇ ਉਹਦੀ ਮਾਂ ਸੱਸ ਬਣ ਗਈ ਏ ਆਪਣੀ ਸੱਸ ਨੂੰ ਪੁੱਛ ਕੇ ਪੈਰ ਪੁੱਟੇ ਹਰ ਇੱਕ ਕੰਮ ਕਰੇ ਉਹਦਾ ਘਰ ਵੱਸ ਜਾਂਦਾ ਖੈਰ ਇਹ ਗੱਲਾਂ ਵੱਖਰੀਆਂ ਆਪਾਂ ਤੇ ਗੁਰਮਖੋ ਗੁਰੂ ਦੀ ਗੱਲ ਕਰਦੇ ਆ ਧਾਰਮਿਕ ਕਥਾ ਕਰਦੇ ਆ ਸਿੱਖਾਂ ਨੇ ਆਖਿਆ ਚੰਦੂ ਦੇ ਘਰ ਦਾ ਮੌਲ ਨਹੀਂ ਠੀਕ ਚੰਦੂ ਦੇ ਘਰ ਦੀ ਆਪਣੀ ਉਹਦੀ ਇੱਜ਼ਤ ਨਹੀਂ ਕੁੜੀ ਨੇ ਤੇ ਜਿਹੜੀ ਕੁੜੀ ਹੋਏਗੀ ਉਹਨੇ ਜਗਤ ਮਾਤਾ ਬਣਨਾ ਸੀ ਜਿਹੜੀ ਚੰਦੂ ਦੀ ਕੁੜੀ ਸੀ ਸਾਰੇ ਸਿੱਖਾਂ ਨੇ ਉਹਨੂੰ ਮੱਥਾ ਟੇਕਣਾ ਸੀ ਸਿੱਖਾਂ ਨੇ ਆਖਿਆ ਸਾਨੂੰ ਮਨਜ਼ੂਰ ਨਹੀਂ ਆ ਗਈ ਸਿੱਖ ਆਏ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਕੋਲ ਮਹਾਰਾਜ ਹੱਥ ਜੋੜ ਕੇ ਬੇਨਤੀ ਜੇ ਸਾਡਾ ਗੱਲ ਕਰਨਾ ਨਹੀਂ ਬਣਦਾ ਸਾਨੂੰ ਸਲਾਹ ਦੇਣੀ ਸਾਨੂੰ ਕੋਈ ਸ਼ੋਭਾ ਨਹੀਂ ਦਿੰਦੀ ਪਰ ਝੋਲੀ ਅੱਡ ਕੇ ਅਸੀਂ ਅਰਜ਼ ਕਰਦੇ ਆਂ ਕੰਨਾਂ ਦੇ ਨਾਲ ਮਹਾਰਾਜ ਸੁਣ ਕੇ ਆਏ ਆਂ ਜਦੋਂ ਲਾਗੀ ਜਾ ਕੇ ਸੁਣਿਆਂ ਦੇ ਰਹੇ ਸਨ ਕਿ ਅਸੀਂ ਰਿਸ਼ਤਾ ਕਰਕੇ ਆਏ ਆਂ ਤੇ ਚੰਦੂ ਨੇ ਬੜੀਆਂ ਮਾੜੀਆਂ ਬੜੀਆਂ ਪੈੜੀਆਂ ਗੱਲਾਂ ਕਈਆਂ ਬੜੇ ਅਪ ਸ਼ਬਦ ਬੋਲੇ ਬੜਾ ਕੌੜਾ ਬੋਲਿਆ ਉਹਦੀ ਕੁੜੀ ਦਾ ਮਹਾਰਾਜ ਰਿਸ਼ਤਾ ਨਾ ਲਿਓ ਅੱਗੂ ਆਪ ਜੀ ਦੀ ਰਜਾ ਸਤਗੁਰਾਂ ਆਖਿਆ ਜਿੱਦਾਂ ਸੰਗਤ ਜਿੱਦਾਂ ਤੁਸੀਂ ਗੁਰੂ ਪਿਆਰਿਓ ਕਹਿੰਦੇ ਜੇ ਇਦਾਂ ਹੀ ਹੋਏਗਾ ਰਿਸ਼ਤਾ ਮੋੜ ਦਿੱਤਾ ਤੇ ਜਦੋਂ ਰਿਸ਼ਤਾ ਮੋੜਿਆ ਨਾ ਜਿੱਦਾਂ ਤੁਸੀਂ ਬੈਠੇ ਜੇ ਸਾਰੇ ਜਾਣੇ ਬੜੀ ਸੰਗਤ ਬੈਠੀ ਸੀ ਗੁਰੂ ਅਰਜਨ ਦੇਵ ਸਿੰਘ ਆਸਣ ਤੇ ਉੱਚੀ ਜਗ੍ਹਾ ਤੇ ਬੈਠੇ ਸੀ ਗੁਰੂ ਹਰਗੋਬਿੰਦ ਸਾਹਿਬ ਇਦਾਂ ਲੱਗੇ ਬੈਠੇ ਸਨ ਦੋ ਸਿੱਖ ਉੱਠਿਆ ਇੱਕ ਉਸ ਨੁਕਰੋਂ ਉੱਠਿਆ ਇੱਕ ਐਸ ਬੰਨੇੋਂ ਉੱਠਿਆ ਉਹਨਾਂ ਆਖਿਆ ਜੀ ਸਾਡੀ ਕੁੜੀ ਦਾ ਰਿਸ਼ਤਾ ਲੈ ਲਓ ਅਸੀਂ ਆਪਣੀਆਂ ਬੇਟੀਆਂ ਦਾ ਰਿਸ਼ਤਾ ਕਰ ਦਿੰਨੇ ਦੋ ਜਾਣਿਆਂ ਨੇ ਤਿੰਨ ਵਿਆਹ ਹੋਏ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਮਾਤਾ ਦਮੋਦਰੀ ਮਾਤਾ ਨਾਨਕੀ ਇੱਕ ਮੈਂ ਨਾਂ ਭੁੱਲਦਾ ਆਂ ਮਾਤਾ ਮਰਵਾਹੀ ਜਿਹੜੀ ਮਾਤਾ ਨਾਨਕੀ ਸੀ ਨਾ ਮਾਤਾ ਨਾਨਕੀ ਦੀ ਸਭ ਤੋਂ ਛੋਟੇ ਸਨ ਤੇ ਮਾਤਾ ਨਾਨਕੀ ਦਾ ਇੱਕੋ ਹੀ ਬੱਚਾ ਸੀ ਇੱਕੋ ਔਲਾਦ ਸੀ ਇੱਕੋ ਪੁੱਤਰ ਸੀ ਜਿਹਦਾ ਨਾਮ ਸੀ ਗੁਰੂ ਤੇਗ ਬਹਾਦਰ ਗੁਰੂ ਤੇਗ ਬਹਾਦਰ ਸਾਹਿਬ ਦੇ ਮਾਤਾ ਨਾਨਕੀ ਜੀ ਜਿਹੜੇ ਸਭ ਤੋਂ ਵੱਡੇ ਪੁੱਤਰ ਉਹਨਾਂ ਦਾ ਨਾਮ ਸੀ ਬਾਬਾ ਗੁਰਦਿੱਤਾ ਜਿਹੜਾ ਬਾਬਾ ਗੁਰਦਿੱਤਾ ਸੀ ਉਹਨੂੰ ਗੁਰੂ ਹਰਗੋਬਿੰਦ ਸਾਹਿਬ ਨੇ ਮੱਥਾ ਟੇਕ ਦਿੱਤਾ ਸੀ ਬਾਬਾ ਸ਼੍ਰੀ ਚੰਦ ਨੂੰ ਤੇ ਬਾਬਾ ਸ਼੍ਰੀ ਚੰਦ ਤੋਂ ਬਾਬੇ ਗੁਰਦਿੱਤੇ ਤੋਂ ਅੱਗੇ ਚਾਰ ਧੂਣੇ ਚੱਲੇ ਖੈਰ ਗੱਲਾਂ ਵੱਖਰੀਆਂ ਮੈਂ ਇਸ ਬੰਨੇ ਨਹੀਂ ਪਹਿਣਾ ਇੱਕ ਤੇ ਗੁਰਮਖੋ ਇਹ ਕਾਰਨ ਸੀ ਕਿ ਚੰਦੂ ਬੜਾ ਕੁੜਦਾ ਸੀ ਕਿ ਮੇਰੀ ਲੜਕੀ ਦਾ ਰਿਸ਼ਤਾ ਇਹਨਾਂ ਮੋੜ ਦਿੱਤਾ ਤੇ ਦੂਜਾ ਗੁਰਮਖੋ ਕੀ ਕਾਰਨ ਸੀ ਇੱਕ ਤੌਜ ਕੇ ਜਹਾਂਗੀਰ ਕਿਤਾਬ ਹੈ ਜਿਹੜੀ ਜਹਾਂਗੀਰ ਦੀ ਆਪਣੀ ਲਿਖੀ ਹੋਈ ਹੈ ਉਹ ਜਹਾਂਗੀਰ ਉਸ ਕਿਤਾਬ ਦੇ ਵਿੱਚ ਲਿਖਦਾ ਹੈ ਕਿ ਬੜੇ ਚਿਰ ਤੋਂ ਮੇਰੇ ਦਿਲ ਵਿੱਚ ਇਹ ਗੱਲ ਸੀ ਕਿ ਇੱਕ ਝੂਠ ਦੀ ਦੁਕਾਨ ਖੁੱਲੀ ਹੋਈ ਏ ਇਸ ਝੂਠ ਦੀ ਦੁਕਾਨ ਨੂੰ ਸਾਧ ਸੰਗਤ ਜੀ ਆਪੋ ਆਪਣੀ ਜਗ੍ਹਾ ਤੇ ਬੈਠ ਜਿਓ ਇਸ ਝੂਠ ਦੀ ਦੁਕਾਨ ਨੂੰ ਮੈਂ ਬੰਦ ਕਰਨਾ ਚਾਹਣਾ ਮੇਰੇ ਦਿਲ ਚ ਬੜੇ ਚਿਰ ਦੀ ਏ ਗੱਲ ਏ ਇਹ ਜਹਾਂਗੀਰ ਆਪ ਲਿਖਦਾ ਆਪ ਲਿਖਦਾ ਇਹ ਜਿਹੜੇ ਲੋਕ ਸਨ ਨਾ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਗੁਰੂ ਘਰ ਵਿੱਚ ਤੇ ਇਹ ਜਿਹੜੇ ਮੁਸਲਮਾਨ ਜਾਂ ਇਹਨਾਂ ਦਾ ਤਖਤ ਸੀ ਇਹਦੇ ਵਿੱਚ ਬੜਾ ਵੱਡਾ ਫਰਕ ਸੀ ਇਹ ਚਾਹੁੰਦੇ ਸਨ ਕਿ ਕਿਸੇ ਤਰੀਕੇ ਦੇ ਨਾਲ ਇਸਲਾਮ ਦਾ ਝੰਡਾ ਬੁਲੰਦ ਕੀਤਾ ਜਾਵੇ ਤੇ ਜਿਹੜਾ ਗੁਰੂ ਘਰ ਸੀ ਨਾ ਇਹਨਾਂ ਗੁਰੂ ਘਰ ਨੇ ਸਤਗੁਰਾਂ ਨੇ ਪ੍ਰੇਮ ਦੇ ਨਾਲ ਹੀ ਲੋਕਾਂ ਦੇ ਹਿਰਦੇ ਜਿੱਤ ਲੈ ਗੁਰਮਖੋ ਸਵਾਦ ਹੀ ਇਸ ਗੱਲ ਦਾ ਕਿਸੇ ਨੂੰ ਡੰਡੇ ਨਾਲ ਡਰਾ ਕੇ ਆਪਣੇ ਅਧੀਨ ਕਰਨਾ ਇਹ ਕੀ ਗੱਲ ਏ ਸਵਾਦ ਇਤੇ ਤਾਂ ਆਣਾ ਜੇ ਕਿਸੇ ਨਾ ਪ੍ਰੇਮ ਨਾ ਹੀ ਕਿਸੇ ਦਾ ਹਿਰਦਾ ਜਿੱਤ ਲਓ ਪ੍ਰੇਮ ਨਾ ਹੀ ਕੋਈ ਤੁਹਾਡੇ ਤੇ ਜਾਨ ਕੁਰਬਾਨ ਕਰਦਾ ਪ੍ਰੇਮ ਦੇ ਨਾਲ ਹੀ ਕੋਈ ਤੁਹਾਡੇ ਤੇ ਆਪਣਾ ਸਭ ਕੁਝ ਨਿਸ਼ਾਵਰ ਕਰਦਾ ਹੈ ਸਵਾਦ ਗੁਰਮਖੋ ਇਸ ਗੱਲ ਦਾ ਹੁੰਦਾ ਹੈ ਗੁਰੂ ਅਰਜਨ ਦੇਵ ਪਾਤਸ਼ਾਹ ਠੰਡੀ ਮੂਰਤੀ ਇਹ ਦੋ ਕਾਰਨ ਮੈਂ ਤੁਹਾਡੇ ਸਾਹਮਣੇ ਰੱਖਿਆ ਹੈ ਇੱਕ ਲੜਕੀ ਦਾ ਰਿਸ਼ਤਾ ਮੋੜਨਾ ਤੇ ਦੂਜਾ ਤਵੱਸਬ ਦੀ ਗੱਲ ਹੈ ਜਿਹੜਾ ਇਹ ਚਾਹੁੰਦਾ ਸੀ ਬਾਦਸ਼ਾਹ ਵੀ ਮੈਂ ਇਹ ਝੂਠ ਦੀ ਦੁਕਾਨ ਬੰਦ ਕਰਨਾ ਚਾਹਣਾ ਇਹ ਲੋਕਾਂ ਨੂੰ ਵਰਗਲਾ ਕੇ ਸਿੱਖ ਬਣਾਉਂਦਾ ਪਿਆ ਮੈਂ ਇਸ ਝੂਠ ਦੀ ਦੁਕਾਨ ਨੂੰ ਖਤਮ ਕਰਦਾਗਾ ਬੰਦ ਕਰਾਦਾਗਾ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਲਾਹੌਰ ਬੁਲਾਇਆ ਗਿਆ ਤੇ ਕਈ ਵਿਦਵਾਨ ਕਹਿੰਦੇ ਆ ਵੀ ਬਾਦਸ਼ਾਹ ਉੱਥੇ ਹੈ ਨਹੀਂ ਸੀ ਬਾਦਸ਼ਾਹ ਨੂੰ ਬਰੀ ਕਰਦੇ ਆ ਪਰ ਇਹ ਗੱਲ ਨਹੀਂ ਹੋ ਸਕਦੀ ਕਿ ਬਾਦਸ਼ਾਹ ਦੀ ਰਜਾ ਤੋਂ ਬਿਨਾਂ ਹੀ ਇੰਨਾ ਵੱਡਾ ਤੇ ਹੋ ਵੀ ਸਕਦੀ ਆ ਜਦੋਂ ਗੁਰਮਖੋ ਜਿਹੜੇ ਵਜ਼ੀਰ ਆ ਨਾ ਆਪ ਮਹਾਰੇ ਹੋ ਜਨ ਉਹ ਬਾਦਸ਼ਾਹਾਂਾਂ ਦੀ ਮਾਲਕਾਂ ਦੀ ਪਰਵਾਹ ਨਹੀਂ ਕਰਦੇ ਉਹ ਫਿਰ ਆਪਣੀਆਂ ਮਰਜ਼ੀਆਂ ਵਰਤਦੇ ਆ ਆਪਣੀ ਮਰਜ਼ੀ ਵਰਤਦੇ ਮਾਲਕਾਂ ਦੀ ਗੱਲ ਨਹੀਂ ਸੁਣਦੇ ਉਹ ਕਹਿੰਦੇ ਆ ਵੀ ਸਾਡਾ ਹੁਕਮ ਚੱਲੇ ਅਸੀਂ ਰੱਬ ਬਣ ਗਏ ਆ ਜੋ ਕਰਾਂਗੇ ਅਸੀਂ ਉਹੀ ਹੋਵੇਗਾ ਮੈਂ ਤੁਹਾਨੂੰ ਕਥਾ ਸੁਣਾਈ ਸੀ ਇੱਕ ਯਾਦ ਕਰਾ ਦਿਆਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਵਜ਼ੀਰ ਸੀ ਨੰਦ ਚੰਦ ਇਹ ਬੜੀ ਵੱਡੀ ਗੱਲ ਏ ਸਮਝਣ ਵਾਲੀ ਨੰਦ ਚੰਦ ਉਹ ਵਜ਼ੀਰ ਹੈ ਜਿਹਨੂੰ 10ਵੇਂ ਪਾਤਸ਼ਾਹ ਨੇ ਦੀਵਾਨ ਬਣਾਇਆ ਹਜ਼ੂਰੀ ਸੇਵਕ ਬਣਾਇਆ ਵਜ਼ੀਰ ਲਿਖਤ ਪੜਦਾ ਕੰਮ ਸੀ ਆਨੰਦ ਚੰਦ ਦੇ ਕੋਲ ਸਾਰੀ ਸੈਨਾ ਦਾ ਮੁਖੀ ਸੀ ਆਨੰਦ ਚੰਦ ਤੇ ਜਿਹੜੀ ਦੋ ਰਾਜੇ ਇੱਕ ਮੇਦਨੀ ਪ੍ਰਕਾਸ਼ ਤੇ ਦੂਜਾ ਸ਼੍ਰੀਨਗਰ ਦਾ ਰਾਜਾ ਜਿਹੜਾ ਗੁਰਮਖੋ ਹੋਇਆ ਜਿੰਨੂੰ 10ਵੇਂ ਪਾਤਸ਼ਾਹ ਜੀ ਨੇ ਬਚਿੱਤਰ ਨਾਟਕ ਵਿੱਚ ਵੀ ਲਿਖਿਆ ਉਸ ਦਾ ਨਾਮ ਫਤੇशाह ਕੋਪਾ ਤਬ ਰਾਜਾ ਲੋਹ ਪਰਾ ਹਮਸੋ ਬਿਨ ਕਾਜਾ ਭੀਮ ਚੰਦ ਰਾਜੇ ਦਾ ਕੁੜਮ ਜਿਹੜਾ ਬਣਿਆ ਸੀ ਤੇ ਉਹਨੇ 10ਵੇਂ ਪਾਤਸ਼ਾਹ ਨੂੰ ਆਪਣੀ ਕੁੜੀ ਦੇ ਵਿਆਹ ਤੇ ਬੁਲਾਇਆ ਤੇ ਸਤਿਗੁਰ ਕਹਿੰਦੇ ਵੀ ਮੈਂ ਤੇ ਨਹੀਂ ਜਾ ਸਕਦਾ ਆਨੰਦ ਚੰਦ ਤੂੰ ਚਲੇ ਜਾ ਆ 2 ਲੱਖ ਰੁਪਏ ਦੇ ਗਹਿਣੇ ਕੱਪੜੇ ਦੇ ਕੇ ਭੇਜਿਆ ਤੇ ਜਦੋਂ ਉੱਥੇ ਚਲੇ ਗਿਆ ਨਾ ਆਨੰਦ ਚੰਦ ਉਧਰੋਂ ਭੀਮ ਚੰਦ ਵੀ ਬਰਾਤ ਲੈ ਕੇ ਪਹੁੰਚ ਗਿਆ ਭੀਮ ਚੰਦ ਨੂੰ ਪਤਾ ਲੱਗਾ ਵੀ ਸਾਡੇ ਗਹਿਣੇ ਥੋੜੇ ਨੇ ਗੁਰੂ ਗੋਬਿੰਦ ਸਿੰਘ ਦੇ ਗਹਿਣੇ ਢੇਰ ਲੱਗਾ 2 ਲੱਖ ਦਾ ਤੰਬੂਲ ਅਗਬ ਬੋਲਾ ਹੋ ਗਿਆ ਉਹਨੇ ਆਖਿਆ ਰਾਜੇ ਨੂੰ ਜੇ ਤੇ ਗੁਰੂ ਗੋਬਿੰਦ ਸਿੰਘ ਦਾ ਇਹ ਤੰਬੂਲ ਲੈਣਾ ਹੀ ਮੈਂ ਤੇਰੀ ਕੁੜੀ ਨਾਲ ਵਿਆਹ ਨਹੀਂ ਕਰਨਾ ਮੁੰਡੇ ਦਾ ਉਹ ਕਹਿੰਦਾ ਜੀ ਨਹੀਂ ਲੈਂਦਾ ਮੇਰੀ ਕੁੜੀ ਦਾ ਰਿਸ਼ਤਾ ਨਾ ਛੱਡੋ ਕੁੜੀ ਬਦਲੇ ਝੁਕ ਗਿਆ ਵਿਚਾਰਾ ਤੇ ਉਹਨੇ ਇੱਕ ਹੋਰ ਗੱਲ ਆਖੀ ਮੈਂ ਤਾਂ ਵਿਆਹ ਕਰਾਂਗਾ ਤੇਰੀ ਕੁੜੀ ਨਾਲ ਆਪਣੇ ਮੁੰਡੇ ਦਾ ਗੁਰੂ ਗੋਬਿੰਦ ਸਿੰਘ ਦੇ ਨਾਲ ਤੈਨੂੰ ਲੜਨਾ ਪਵੇਗਾ। ਕਹਿੰਦਾ ਜੀ ਲੜ ਪਾਵਾਂਗਾ। ਨੰਦ ਚੰਦ ਨੂੰ ਪਤਾ ਲੱਗਾ ਵੀ ਇਹ ਤੇ ਸਾਡੇ ਨਾਲ ਲੜਨ ਨੂੰ ਤਿਆਰ ਹੋ ਗਏ ਨੇ। ਦਸਵੇਂ ਪਾਤਸ਼ਾਹ ਦਾ ਤੰਬੂਲ ਇਹਨਾਂ ਕਿੱਥੋਂ ਕਬੂਲ ਕਰਨਾ? ਉਹਨੇ ਲੈ ਆਪਣੇ ਨਾਲ ਦੇ ਸੰਗੀ ਸਾਥੀ ਤੇ ਦੌੜ ਕੇ ਭੱਜ ਕੇ ਗੁਰੂ ਗੋਬਿੰਦ ਸਿੰਘ ਕੋਲ ਆ ਗਿਆ। ਸਤਗੁਰਾਂ ਖੁਸ਼ੀਆਂ ਦਿੱਤੀਆਂ। ਵੀ ਚੰਗਾ ਕੀਤਾ ਆ ਗਿਆ। ਪਹਾੜੀ ਰਾਜਿਆਂ ਨੇ ਸਲਾਹ ਕਰਕੇ ਸਾਰੀ ਫੌਜ ਇਕੱਠੀ ਕਰਕੇ ਜਿੱਥੇ ਹੁਣ ਪੌਂਟਾ ਸਾਹਿਬ ਆ ਨਾ ਪੌਂਟਾ ਸਾਹਿਬ ਗੁਰਦੁਆਰਾ ਇਹ ਰਾਜੇ ਮੇਦਨੀ ਪ੍ਰਕਾਸ਼ ਤੇ ਰਾਜੇ ਫਤਿਹ ਸ਼ਾਹ ਦੀ ਹੱਦ ਤੇ ਬਣਿਆ ਹੋਇਆ ਦਸਵੇਂ ਪਾਤਸ਼ਾਹ ਰਾਜੇ ਮੇਦਨੀ ਪ੍ਰਕਾਸ਼ ਦੀ ਮਦਦ ਕਰਨ ਵਾਸਤੇ ਰੱਖਿਆ ਕਰਨ ਲਈਓ ਗੁਰਦੁਆਰਾ ਕਿਲਾ ਬਣਾਇਆ ਸੀ ਇੱਥੇ ਲੜਾਈ ਹੋਈ ਹੈ ਇਸ ਲੜਾਈ ਨੂੰ ਆਖਿਆ ਜਾਂਦਾ ਵਾ ਪੰਗਾਣੀ ਦਾ ਜੁੱਧ ਜਿਹਦੇ ਵਿੱਚ 10ਵੇਂ ਪਾਤਸ਼ਾਹ ਦੀ 22 ਸਾਲ ਦੀ ਉਮਰਿਆ ਪਹਿਲੀ ਲੜਾਈ ਜੇ ਇਸ ਲੜਾਈ ਦਾ ਜ਼ਿਕਰ 10ਵੇਂ ਪਾਤਸ਼ਾਹ ਨੇ ਬਚਿੱਤਰ ਨਾਟਕ ਵਿੱਚ ਕੀਤਾ ਜਿਹਦੇ ਵਿੱਚ ਉਹਨਾਂ ਆਖਿਆ ਵੀ ਕਿਵੇਂ ਲੜਿਆ ਉਦਾਸੀ ਸਾਧ ਜਿਹੜਾ ਸੀ ਕਿਦਾਂ ਮੇਰੇ ਭੂਆ ਦੇ ਜਿਹੜੇ ਪੰਜੇ ਪੁੱਤ ਲੜੇ ਤੇ ਦੋ ਸੰਗੋਸ਼ਾ ਉਹਨਾਂ ਚੋਂ ਦੋ ਕਿਵੇਂ ਮੇਰੇ ਭਰਾ ਸ਼ਹੀਦ ਹੋ ਗਏ ਉਹ ਵੀ ਲਿਖਿਆ ਤੇ ਉਹਦੇ ਵਿੱਚ ਦਸਵੇਂ ਪਾਤਸ਼ਾਹ ਨੇ ਆਨੰਦ ਚੰਦ ਦਾ ਜ਼ਿਕਰ ਵੀ ਕੀਤਾ ਹੈ ਗੁਰਮਖੋ ਮਾਨਣੀ ਕਰਨਾ ਚਾਹੀਦਾ ਇਸ ਮਨ ਦਾ ਕੋਈ ਪਤਾ ਨਹੀਂ ਜੇ ਹੁੰਦਾ ਭਗਤ ਕਬੀਰ ਜੀ ਕਹਿੰਦੇ ਕਬ ਹੂੰ ਜੀੜਾ ਉਬ ਚੜਤ ਹੈ ਕਬ ਹੂੰ ਜਾਏ ਪਿਆਲੇ ਲੋਭੀ ਜੀ ਆ ਰਾ ਥਿਰ ਨਾ ਰਹਤ ਹੈ ਚਾਰੇ ਕੁੰਡਾਂ ਪਾਲੇ ਸ਼ਾਸਤਰ ਵਿੱਚ ਲਿਖਿਆ ਚਲ ਦਲ ਪੱਤਰ ਪਟਾਕ ਪਟ ਦਾਮਨ ਕਛਪ ਮਾਥ ਪੂਤ ਦੀਪ ਦੀਪਕ ਸ਼ਿਖਾ ਜੋ ਮਨ ਵਿਰਤੀ ਅਨਾਤ ਭਾਈ ਗੁਰਦਾਸ ਜੀ ਲਿਖਦੇ ਨੇ ਏਕ ਮਨ ਆਠ ਖੰਡ 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 ਪੰਜ ਟੂਕ 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 ਚਾਰ ਫਾਰ ਫਾਰ ਦੋਇ ਫਾਰ ਹੈ ਤਾਹੂ ਤੇ ਪੈਸੇ ਉਹ ਪੈਸਾ ਇੱਕ ਪੰਜ ਟਾਂਕ 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 ਮਾਸੇ ਚਾਰ ਅੰਕ ਪ੍ਰਕਾਰ ਹੈ ਮਾਸਾ 1 8 23 28 ਚਾਵਰ ਕੀ ਹਾਟ ਹਾਟ ਕੁੰਨ ਕੁੰਨ ਤੋਲ ਤੁਲਾ ਧਾਰ ਹੈ ਪੁਰ ਪੁਰ ਪੂਰ ਰਹੋ ਸਕਲ ਸੰਸਾਰ ਵਿਖੇ ਕੈਸੇ ਬਸ ਆਵੇ ਜਾਕੋ ਇਤੋ ਵਿਸਥਾਰ ਹੈ ਇਹਦੀ ਵਿਆਖਿਆ ਮੈਂ ਦੋਹਾਂ ਲਬਜਾਂ ਵਿੱਚ ਜੇ ਕਰਾਂ ਉਹ ਕਹਿੰਦੇ ਨੇ ਕਿ ਚੌਲ ਲੈ ਲਓ ਤੁਸੀਂ ਇੱਕ ਮਣ ਤੇ ਇੱਕ ਮਨ ਚੌਲਾਂ ਚ ਕਿੰਨੇ ਦਾਣੇ ਹੋਣਗੇ ਜਿਵੇਂ ਉਹ ਗਿਣੇ ਨਹੀਂ ਨਾ ਜਾਂਦੇ ਤੇ ਸਾਡੇ ਮਨ ਦੀ ਬਿਰਤੀ ਇੰਨੀ ਜਗ੍ਹਾ ਬਿਖਰੀ ਹੋਈ ਐ ਇਕੱਠੀ ਨਹੀਂ ਜੇ ਹੁੰਦੀ ਮਨ ਦਾ ਗੁਰਮਖੋ ਪਰੋਸਾ ਕੋਈ ਨਹੀਂ ਸ਼ਾਸਤਰ ਵਿੱਚ ਲਿਖਿਆ ਕਹਿੰਦੇ ਮੈਂ ਜਾਣਿਓ ਮਨ ਮਰ ਗਇਓ ਮਨ ਤਾਂ ਮਰਿਓ ਨਾ ਮੈਨੂੰ ਲੱਗਾ ਸੀ ਮਨ ਮਰ ਗਿਆ ਇਸ ਤੇ ਮਰਿਆ ਨਹੀਂ ਪਰ ਵਰਖਾ ਪਰੀ ਕੁ ਸੰਗ ਕੀ ਦਾਦਰ ਜੋਂ ਟੜ ਰਹਾ ਹੈ ਜਿਵੇਂ ਮੀ ਪੈਨਾ ਡੱਡੂ ਨਿਕਲਾਉਂਦੇ ਆ ਨਾ ਜਦੋਂ ਹੀ ਮਾੜੀ ਸੰਗਤ ਦੀ ਵਰਖਾ ਹੋਈ ਮਨ ਦੇ ਵਿਕਾਰ ਵੀ ਦੌੜ-ਦੌੜ ਕੇ ਦੌੜ-ਦੌੜ ਕੇ ਬਾਹਰ ਸਾਹਮਣੇ ਆ ਗਏ। ਆਨੰਦ ਚੰਦ ਦਾ ਰੁਤਬਾ ਬੜਾ ਸੀ, ਹਜੂਰੀ ਸੇਵਕ ਸੀ। ਜਿਹੜੇ ਕੋਈ ਬੰਦੇ ਆਉਂਦੇ ਆਨੰਦ ਚੰਦ ਜੀ ਸਾਡੀ ਅਰਜ਼ ਕਰ ਦੋ, ਕਹਿੰਦਾ ਕਰ ਦਿਆਂਗੇ। ਪਾਵਰ ਹੀ ਆਪਣੇ ਕੋਲ ਆ। ਕਿਸੇ ਨੇ ਅਖਣਾ ਆਨੰਦ ਚੰਦ ਜੀ ਗਰੀਬ ਨਵਾਜ਼ ਕੋਲ ਸੱਚੇ ਪਾਤਸ਼ਾਹ ਕੋਲ ਸਾਡੀ ਬੇਨਤੀ ਕਰਦੇ ਉਹ ਕਹਿੰਦੇ ਕਰ ਦੇਾਂਗੇ ਉਹ ਕੋਈ ਉਦਾਸੀ ਸਾਧ ਵਿਚਾਰੇ ਆਏ ਗੁਰੂ ਗ੍ਰੰਥ ਸਾਹਿਬ ਦੀ ਬੀੜ ਲਿਖੀ ਕਈ ਸਾਲ ਲਿਖ ਕੇ ਉਹਨਾਂ ਆਖਿਆ ਆਨੰਦ ਚੰਦ ਜੀ ਤੁਸੀਂ ਸਤਿਗੁਰਾਂ ਦੇ ਹਜੂਰੀ ਸੇਵਕ ਜੇ ਤੇ ਆ ਸਤਿਗੁਰਾਂ ਦੇ ਦਸਤਤ ਕਰਾ ਦਿਓ ਕਹਿੰਦਾ ਕਰਾ ਦਾਂਗੇ ਕਿਹੜੀ ਗੱਲ ਸਤਿਗੁਰੂ ਗੱਲ ਆਪਣੀ ਮੰਨਦੇ ਆ ਸੇਵਕ ਜੂ ਅਸੀਂ ਉਸੀ ਰੋਟੀ ਪਾਣੀ ਖਾਓ ਡੇਰਾ ਲਾਓ ਆ ਲੈ ਜੋ ਬਈ ਇਹਨਾਂ ਨੂੰ ਸਾਧਾਂ ਨੂੰ ਕੜਾ ਪ੍ਰਸ਼ਾਦ ਲੰਗਰ ਦੇ ਗੱਫੇ ਛਕਾਓ ਤੇ ਸਤਿਗੁਰਾਂ ਤੋਂ ਸਮਾਂ ਵੇਖ ਕੇ ਤੇ ਮੈਂ ਦਸਤਗਤ ਕਰਾ ਦਾਂਗਾ ਕਹਿੰਦੇ ਜੀ ਬੜਾ ਤੁਹਾਡਾ ਧੰਨਵਾਦ ਜੁਗ ਜੁਗ ਜੀਓ ਗੁਰੂ ਦੇ ਸੇਵਕ ਹੋਣ ਤੇ ਐਦਾਂ ਦੇ ਭਲਾ ਕਰਨ ਵਾਲੇ ਉਹਨਾਂ ਨੇ ਪਰਸ਼ਾਦਾ ਪਾਣੀ ਛਕਿਆ ਆਏ ਪੀ ਹਾਂਜੀ ਦਸਤਦ ਕਰਾ ਤੇ ਨੰਦ ਚੰਦ ਨੇ ਜਦੋਂ ਐਦਾਂ ਖੋਲ ਕੇ ਵੇਖਿਆ ਬੀੜ ਨੂੰ ਐਦਾਂ ਦੇ ਅੱਖਰ ਕਿਤੇ ਮੋਤੀ ਪਰੋਏ ਹੋਏ ਹੱਥਾਂ ਨਾਲ ਲਿਖੀਆਂ ਜਾਂਦੀਆਂ ਸੀ ਬੀੜਾਂ ਉੱਪਰ ਹਾਸ਼ਿਆ ਸੋਨੇ ਦੀ ਕਢਾਈ ਐਨੀ ਰੀਜ ਲਾ ਕੇ ਉਹਨਾਂ ਨੇ ਲਿਖੀ ਪੀ ਵੇਖਿਆ ਭੁੱਖ ਲਹਿ ਜਾਏ ਉਹਦਾ ਮਨ ਬੇਇਮਾਨ ਹੋ ਗਿਆ ਕਹਿੰਦਾ ਸਮਾਂ ਨਹੀਂ ਮਿਲਿਆ ਫੇਰ ਤੁਸੀਂ ਆਇਓ ਚਲੇ ਜਾਓ ਸਤਗੁਰਾਂ ਰੌਣ ਕੇ ਤੇ ਕਰਾਦਾਂਗੇ ਮਹੀਨਾ ਲੰਘਿਆ ਫੇਰ ਆਏ 2 ਮਹੀਨੇ 5 ਮਹੀਨੇ 6 ਮਹੀਨੇ ਉਹਦੇ ਮਨ ਚ ਬੇਈਮਾਨੀ ਆ ਗਈ ਵੀ ਮੈਂ ਦੇਣੀ ਨਹੀਂ ਤੇ ਸਤਗੁਰਾਂ ਕੋਲ ਵੀ ਨਾ ਜਾਣਦਾ ਇਹਨਾਂ ਬੰਦਿਆਂ ਕੋਲ ਤਾਕਤ ਹੁੰਦੀ ਹੈ ਜੋਰ ਹੁੰਦਾ ਪਹਿਰੇਦਾਰਾਂ ਨੂੰ ਕਹਿਤਾ ਵੀ ਉਹ ਬੰਦਾ ਜਿਹੜਾ ਨਾ ਇਹ ਸਤਗੁਰਾਂ ਤੱਕ ਨਹੀਂ ਪਹੁੰਚਣਾ ਚਾਹੀਦਾ ਭਾਵੇਂ ਇਹਨਾਂ ਨੂੰ ਇਹਨਾਂ ਨੂੰ ਚਾਟਾ ਛਕਾਓ ਤੇ ਭਾਵੇਂ ਇਹਨਾਂ ਨੂੰ ਤੁਸੀਂ ਕੁੱਟ ਮਾਰ ਕਰੋ ਸਤਗੁਰਾਂ ਤੱਕ ਇਹ ਬੰਦਾ ਨਹੀਂ ਪਹੁੰਚਣਾ ਚਾਹੀਦਾ ਤੇ ਪਹਿਰੇਦਾਰਾਂ ਨੇ ਤੇ ਸੇਵਕਾਂ ਦੀ ਮੰਨ ਨਹੀਂ ਉਹਨਾਂ ਵਿਚਾਰਿਆਂ ਨੂੰ ਕੰਮਕਾਰ ਜੂ ਹੋਇਆ ਜਦੋਂ ਉਦਾਸੀ ਆਉਣ ਸਾਧ ਤੇ ਪਹਿਰੇਦਾਰ ਕਹਿਣ ਵੀ ਨਹੀਂ ਨੰਦ ਚੰਦ ਨੇ ਆਖਿਆ ਤੁਹਾਨੂੰ ਨਹੀਂ ਵੜਨ ਦੇਣਾ ਅੱਗੇ ਗੁਰਮੁਖ ਪਿਆਰਿਓ ਜਦੋਂ 7 ਮਹੀਨੇ ਬੀਤ ਗਏ ਸੱਚੇ ਪਾਤਸ਼ਾਹ ਚੱਲੇ ਸ਼ਿਕਾਰ ਨੂੰ ਉਹ ਵਿਚਾਰੇ ਰੋਪੈ ਮਹਾਰਾਜ 7 ਮਹੀਨੇ ਹੋ ਗਏ ਤਰਲੇ ਲੈਂਦੇ ਆ ਪੈਰ ਕੱਸ ਗਏ ਗੁਰੂ ਕਰਨ ਸਾਹਿਬ ਦੀ ਬੀੜ ਲਿਖੀ ਤੁਹਾਡੇ ਦਸਤਕਤ ਕਰਾਉਣ ਨੂੰ ਇਹ ਸਾਡੇ ਪੈਰ ਹੀ ਨਹੀਂ ਲੱਗਣ ਦਿੰਦਾ ਨੰਦ ਚੰਦ ਤਾੜਾ ਵਜ਼ੀਰ ਐ ਸਤਗੁਰ ਪਿਆਰ ਬੜਾ ਕਰਦੇ ਸੀ ਨੰਦ ਚੰਦ ਜੋਧਾ ਬੜਾ ਤਗੜਾ ਸੀ ਨੰਦ ਚੰਦ ਸਤਗੁਰਾਂ ਦਾ ਬੜਾ ਵੱਡਾ ਸੇਵਕ ਤੇ ਬੜੀ ਵਧੀਆ ਤਲਵਾਰ ਬਾਜ਼ੀ ਚਲਾਉਂਦਾ ਸੀ ਪੰਘਾਣੀ ਦੇ ਜੰਗ ਵਿੱਚ ਜੁੱਧ ਬੜਾ ਤਗੜਾ ਉਹਨੇ ਵਿਖਾਇਆ ਸੀ ਸਤਗੁਰ ਪਿਆਰ ਬਹੁਤ ਕਰਦੇ ਸੀ ਨੰਦ ਚੰਦ ਨੂੰ ਜਦੋਂ ਪਤਾ ਲੱਗਾ ਨਾ ਸਤਿਗੁਰਾਂ ਨੂੰ ਇਹ ਆਨੰਦ ਚੰਦ ਉਹ ਉੱਥੇ ਇਦਾਂ ਕਰ ਨਹੀਂ ਸਕਦਾ ਸੱਚੇ ਪਾਤਸ਼ਾਹ ਸਿੱਖਾਂ ਨੂੰ ਭੇਜਿਆ ਵੀ ਜਾਓ ਆਨੰਦ ਚੰਦ ਨੂੰ ਕਹਿ ਦਿਓ ਇਦਾਂ ਨਾ ਕਰੇ ਇਹਨਾਂ ਵਿਚਾਰੇ ਸਾਧਾਂ ਦੀ ਬੀੜ ਦੇ ਦੇ ਆਨੰਦ ਚੰਦ ਨੂੰ ਸੱਦਿਆ ਉਹ ਕਹਿੰਦਾ ਸੱਚੇ ਪਾਤਸ਼ਾਹ ਮੈਂ ਤੇ ਦੇਣ ਹੀ ਲੱਗਾ ਸਾਂ ਇਹ ਤੇ ਐਵੇਂ ਤੁਹਾਡੇ ਕੋ ਆ ਗਿਆ ਮੈਂ ਤੇ ਬਸ ਕੰਮਕਾਰ ਵਿੱਚ ਰੁੱਝ ਗਿਆ ਮੈਂ ਦੇਣ ਲੱਗਾ ਸਾਂ ਸਤਿਗੁਰ ਫਿਰ ਰੁੱਝ ਗਿਆ 8 ਮਹੀਨੇ ਲੰਘ ਗਏ 8 ਮਹੀਨੇ ਓਏ ਉਹ ਉਦਾਸੀ ਸਾਧ ਫੇਰ ਆਏ ਸੱਚੇ ਪਾਤਸ਼ਾਹ ਨਹੀਂ ਦਿੱਤੀ ਨੈਣ ਮਿਲੀ ਸਾਡੀ ਬੀੜ ਨਹੀਂ ਮਿਲੀ ਸਾਡੀ ਸਿਰਫ ਦਸਤਕਤ ਕਰਾਉਣ ਨੂੰ ਦਿੱਤੀ ਸੀ ਸਤਗੁਰਾਂ ਸਿੱਖਾਂ ਨੂੰ ਮੜਾ ਜੇ ਆਖਿਆ ਵੀ ਜਰਾ ਜ਼ੋਰ ਨਾ ਦੋ ਜੇ ਨਹੀਂ ਦੇਂਦਾ ਤੇ ਮੈਨੂੰ ਐਰਕਾਂ ਆਣ ਕੇ ਦੱਸਿਓ ਉਹ ਸਿੱਖ ਗਏ ਉਹਨਾਂ ਆਖਿਆ ਸਤਗੁਰਾਂ ਹੁਕਮ ਬੜਾ ਕਰੜਾ ਕੀਤਾ ਈ ਤੈਨੂੰ ਪਤਾ ਨਾ ਜਿੱਦਾਂ ਮਸੰਦਾਂ ਦੇ ਨਾਲ ਕੀਤੀ ਆ ਗੁਰੂ ਗੋਬਿੰਦ ਸਿੰਘ ਨੇ ਜਿਹੜੇ ਮਸੰਦਾਂ ਨੇ ਕੜੇ ਲਗਾਏ ਸੀ ਜਿਹੜੇ ਮਸੰਦਾਂ ਨੇ ਸਿੱਖਾਂ ਦੇ ਥਾਣੇ ਲਗਾਏ ਸੀ ਜਿਹੜੇ ਮਸੰਦਾਂ ਨੇ ਗਰਾਈ ਸਿੱਖਾਂ ਦੇ ਕੋਲੋਂ ਕਰ ਕਰਕੇ ਤੇ ਅੱਧੇ ਪੈਸੇ ਘਰਾਂ 'ਚ ਰੱਖੇ ਤੇ ਖਜ਼ਾਨੇ 'ਚ ਜਮਾ ਨਹੀਂ ਕਰਾਏ ਵੇਖ ਲਾ ਗੁਰੂ ਗੋਬਿੰਦ ਸਿੰਘ ਨੇ ਕਿਵੇਂ ਸਜ਼ਾਵਾਂ ਦਿੱਤੀਆਂ ਨੇ ਤੈਨੂੰ ਸਜ਼ਾ ਬੜੀ ਮਿਲਣੀ ਅਜੇ ਵੀ ਮੰਨ ਜਾ ਕਹਿੰਦਾ ਦੇ ਦੇ ਨਾ ਜਦੋਂ ਉਹ ਸਿੱਖ ਗਏ ਤੇ ਅਨੰਦ ਚੰਦ ਸਿੱਧਾ ਹੋ ਗਿਆ ਉਹ ਦਾਸੀਆਂ ਨੂੰ ਕਹਿੰਦਾ ਓਏ ਬੇਵਕੂਫੋ ਤੁਸੀਂ ਫੇਰ ਸਤਗੁਰਾਂ ਕੋਲ ਆ ਗਏ ਤੁਹਾਨੂੰ ਮੈਂ ਕਿੰਨੀ ਵਾਰ ਰੋਕਿਆ ਸੀ ਟੋਕਿਆ ਸੀ ਜੋ ਮਰਜੀ ਕਰ ਲਓ ਜਿੱਥੇ ਮਰਜੀ ਭੱਜ ਲਓ ਮੈਂ ਬੀੜਣੀ ਜੇ ਦੇਣੀ ਜੇ ਲਿਖਣੀ ਤੇ ਹੋਰ ਲਿਖ ਲਓ ਤੁਹਾਡੇ ਕਿਹੜੇ ਹੱਥ ਨਹੀਂ ਹੈਗੇ ਮੈਂ ਨਹੀਂ ਦੇਣੀ ਫੇਰ ਉਹਦਾ ਮਨ ਡਰ ਵੀ ਗਿਆ ਕਿ ਕਿਤੇ ਸਤਗੁਰ ਸਜਾਣਾ ਦੇਣ ਉਹਨੇ ਇੱਕ ਸੇਵਕ ਦੇ ਸਿਰ ਤੇ ਬੀੜ ਚੁਕਾਈ ਤੇ ਜਿੱਥੇ ਧੀਰਮਲ ਰਹਿੰਦਾ ਸੀ ਨਾ ਧੀਰਮਲ ਕਰਤਾਰਪੁਰ ਉਥੇ ਚਲੇ ਗਿਆ ਧੀਰਮਲ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਵੱਡਾ ਭਰਾ ਨੀ ਰਾਮ ਰਾਏ ਜਿਹੜਾ ਉਹ ਵੱਡਾ ਭਰਾ ਸੀ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਤੇ ਧੀਰਮਲ ਗੁਰਮਖੋ ਰਿਸ਼ਤੇ ਵਿੱਚ ਲੱਗਦਾ ਵਾ ਗੁਰੂ ਘਰ ਵਿੱਚੋਂ ਜਦੋਂ ਸੋਢੀ ਗੱਦੀਆਂ ਬਣਾ ਕੇ ਬੈਠੇ ਸੀ ਤੇ ਸਭ ਤੋਂ ਵੱਡਾ ਗੁਰੂ ਧੀਰਮੱਲੀ ਬਣ ਕੇ ਬੈਠਾ ਸੀ ਉਹਨੂੰ ਪਤਾ ਲੱਗਾ ਵੀ ਧੀਰਮੱਲ ਦਾ ਤੇ ਸਤਗੁਰਾਂ ਦਾ ਵੈਰ ਹੈ ਮੈਂ ਉੱਥੇ ਜਾ ਕੇ ਬਚ ਜਾਂਗਾ ਜਦੋਂ ਧੀਰਮੱਲ ਦੇ ਕੋਲ ਗਿਆ ਤੇ ਧੀਰਮੱਲ ਦੇ ਬੰਦਿਆਂ ਨੇ ਆਖਿਆ ਵੀ ਇਹ ਗੁਰੂ ਗੋਬਿੰਦ ਸਿੰਘ ਦਾ ਸੂਈਆ ਵਾ ਇਹ ਤੈਨੂੰ ਮਾਰ ਦੇਗਾ ਜਦੋਂ ਅੰਦਰ ਵੜਿਆ ਤੇ ਉਹਨਾਂ ਗੋਲੀਆਂ ਮਾਰ ਕੇ ਉੱਥੇ ਮਾਰ ਦਿੱਤਾ ਨਾਲੇ ਉਹਦੀ ਬੀੜ ਰੱਖ ਲਈ ਨਾਲੇ ਗੁਰੂ ਤੋਂ ਬੇਮੁਖ ਹੋ ਗਿਆ ਨਾਲੇ ਉਹਦੀ ਜਾਨ ਚਲੀ ਗਈ ਮੈਂ ਇਹ ਬੇਨਤੀ ਗੁਰਮਖੋ ਕਰਦਾ ਗੁਰੂ ਕੋਲੋਂ ਬਖਸ਼ਿਸ਼ ਮੰਗੋ ਨਿਮਰਤਾ ਰੱਖੋ ਮਨ ਵਿੱਚ ਸਤਗੁਰ ਦੀ ਬਾਣੀ ਕਹਿੰਦੀ ਹੈ ਆਪਸ ਕੋ ਕਰ ਕਛ ਨ ਜਾਣਾ ਹੈ ਹਰ ਹਰ ਨਾਮ ਰਿਧੈ ਸਦ ਧਿਆਵੈ ਮਨ ਵਿੱਚ ਸਤਗੁਰ ਕੇ ਪਾਸ ਤਿਸ ਸੇਵਕ ਕੇ ਕਾਰਜ ਰਾਸ